बीते दिन ही गुरदासपुर के अधीन आते तारागढ़ के नज़दीक एक पिंड के रहने वाले 40 साल ग्रिफ के जवान दीपक सिंह हत्याकांड ने हुण नवा मोड़ ले लिया। पहला इस मामले में बेअदबी नाल जोड़न की कोशिश की गई सी, पर हुण इस मामले में वड्डे खुलासे हुए ने। इस मामले बारे वख-वख सिख पंथक संगठनों ने जांच तो बाद कई वड्डे खुलासे किए ने। पंथक संगठनों के प्रतिबंधियों ने इत्थे एक निजी पैलेस में प्रैस कॉन्फ्रेंस भी की, जिस दौरान दस्सिया कि मामले में बेअदबी की चर्चा होने ते उन्हां वल्लों सांझे तौर पर इस घटना की गहराई नाल जांच की गई है। इस सामने आया है कि दीपक सिंह गुरद्वारा साहब में शरण लैण लई आया सी। उसका उत्थे किसी तरह की बेअदबी करन दा कोई इरादा नहीं सी, ना ही उस वल्लों किसी तरह की बेअदबी की गई है। उन्हें कहा कि जांच दौरान यह सामने आया है कि अपनी गलती लुकाने लई गुरद्वारा साहब के प्रबंधक अते कुछ होर सेवादारा ने मिल के इस मामले में बेअदबी नाल जुड़िया साबित करने लई प्यारी गोद गुरद्वारा साहब विखे तोड़फोड़ की है। इस सारी घटना के सामने आने तो बाद बेअदबी के दोषी गुरद्वारा साहब का प्रबंधक अते उसके साथियों ही मनिया गया, ना कि मृतक दीपक सिंह। उन्होंने कहा कि पुलिस उन्होंने खिलाफ कार्रवाई कर रही है, ना ही उन्होंने मांग की है कि खालसा पंथ को भी बेअदबी के असल दोषियों खिलाफ कार्रवाई करनी चाहिए है। ਉਹਨਾਂ ਦੀ ਇੱਕ ਜਾਂਚ ਟੀਮ ਬਣਵਾਈ ਗਈ ਸੀ। ਇਹ ਜਾਂਚ ਟੀਮ ਜਿਹੜੀ ਆ ਉਹ ਅਲੱਗ ਅਲੱਗ ਪੰਥਕ ਜਥੇਬੰਦੀਆਂ ਦੇ ਨਾਲ ਸਾਂਝ ਕਰਨ ਤੋਂ ਬਾਅਦ ਬਣਾਈ ਗਈ। ਉਹਨਾਂ ਨੇ ਇਸ ਇਲਾਕੇ ਦੇ ਇਹਨਾਂ ਲੋਕਾਂ ਦੀ ਜ਼ਿੰਮੇਵਾਰੀ ਲਾਈ ਸੀ ਕਿ ਉਹ ਸੱਚ ਨੂੰ ਸਾਹਮਣੇ ਲਿਆਉਣ। ਸੋ ਉਹ ਜਿਹੜੀ ਅਸੀਂ ਸੱਚ ਨੂੰ ਸਾਹਮਣੇ ਲਿਆਉਣ ਦੀ ਜਿਹੜੀ ਕੋਸ਼ਿਸ਼ ਇਸ ਰਿਪੋਰਟ ਦੇ ਕੀਤੀ ਆ, ਰਿਪੋਰਟ ਅਸੀਂ ਅੱਜ ਇੱਥੇ ਜਾਰੀ ਕੀਤੀ ਆ, ਔਰ ਉਸ ਰਿਪੋਰਟ ਦੇ ਵਿੱਚ ਅਸੀਂ ਇਸ ਨਤੀਜੇ ਦੇ ਉੱਤੇ ਪਹੁੰਚਿਆ ਕਿ ਜਿਹੜਾ ਮ੍ਰਿਤਕ ਦੀਪਕ ਸਿੰਘ ਦੇ ਉੱਤੇ ਦੋਸ਼ ਲੱਗ ਰਿਹਾ ਕਿ ਉਹ ਬੇਅਦਬੀ ਕਰਨ ਦੇ ਲਈ ਗੁਰਦੁਆਰਾ ਸਾਹਿਬ ਆਇਆ ਸੀ, ਉਹ ਬਿਲਕੁਲ ਝੂਠਾ ਆ। ਉਹ ਇੱਕ ਰਾਹੀ ਦੇ ਤੌਰ ਦੇ ਉੱਤੇ ਰੇਤ ਦੇਰ ਰਾਤ ਜਿਹੜਾ ਗੁਰਦੁਆਰਾ ਸਾਹਿਬ ਪਹੁੰਚਿਆ ਸੀਗਾ, ਉੱਥੇ ਸ਼ਰਨ ਲੈਣ ਦੇ ਲਈ ਉਹ ਬੇਅਦਬੀ ਕਰਨ ਦੇ ਲਈ ਜਿਹੜਾ ਆ ਗੁਰਦੁਆਰਾ ਸਾਹਿਬ ਨਹੀਂ ਸੀ ਪਹੁੰਚਿਆ। ਇਸ ਦੇ ਨਾਲ ਹੀ ਦੂਸਰੀ ਗੱਲ ਵੀ ਅਸੀਂ ਇਹ ਵੀ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਆ ਉਹਨਾਂ ਦੀ ਮਨਸ਼ਾ ਵੀ ਦੀਪਕ ਨੂੰ ਜਾਨੋਂ ਮਾਰਨ ਦੀ ਨਹੀਂ ਸੀ, ਕਿਉਂਕਿ ਹਰ ਰੋਜ਼ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਸੀ। ਪੰਜਾਬ ਸਰਕਾਰ, ਪੰਜਾਬ ਪੁਲਿਸ ਜਾਂ ਸਥਾਨਕ ਪ੍ਰਸ਼ਾਸਨ ਨਿਆਂ ਦੇਣ ਦੇ ਵਿੱਚ ਫੇਲ ਹੋਇਆ ਸੀਗਾ। ਜਿਹੜੇ ਬੇਅਦਬੀ ਕਰਦੇ ਸੀ ਉਹਨਾਂ ਨੂੰ ਸਜ਼ਾਵਾਂ ਨਹੀਂ ਸੀ ਮਿਲ ਰਹੀਆਂ, ਇਸ ਕਰਕੇ ਸੰਗਤ ਦੇ ਵਿੱਚ ਗੁੱਸਾ ਵੀ ਆ ਜਿਹੜਾ ਕਿ ਇੱਕ ਨੈਚੁਰਲ ਫੀਨੋਮੀਨਾ ਆ, ਔਰ ਉਸ ਗੁੱਸੇ ਦੇ ਵਿੱਚੋਂ ਹੀ ਉਹ ਕੁੱਟਮਾਰ ਨਿਕਲੀ ਸੀ, ਜਿਹੜੀ ਸ਼ੱਕ ਦੇ ਆਧਾਰ ਦੇ ਉੱਤੇ ਦੀਪਕ ਸਿੰਘ ਦੀ ਕੁੱਟਮਾਰ ਕੀਤੀ ਗਈ ਕਿ ਉਹ ਗੁਰਦੁਆਰਾ ਸਾਹਿਬ ਬੇਅਦਬੀ ਕਰਨ ਦੇ ਲਈ ਪਹੁੰਚਿਆ। ਸੋ ਦੋ ਗੱਲਾਂ ਜਿਹੜੀਆਂ ਸਾਫ਼ ਨੇ ਕਿ ਇੱਕ ਬੇਅਦਬੀ ਕਰਨ ਨਹੀਂ ਸੀ ਆਇਆ, ਦੂਸਰੀ ਨਾਲ ਦੇ ਨਾਲ ਇਹ ਵੀ ਕਿ ਜਿਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ ਉਹਨਾਂ ਦੀ ਮਨਸ਼ਾ ਉਸ ਨੂੰ ਜਾਨੋਂ ਮਾਰਨ ਦੀ ਨਹੀਂ ਸੀ। ਸੱਟ ਥਾਂ ਵੱਜਣ ਦੇ ਕਾਰਨ ਜਿਹੜੀ ਆ ਉਸਦੀ ਹੋਸਪਿਟਲ ਜਾਂਦਿਆਂ ਬਾਅਦ ਵਿੱਚ ਡੈਥ ਹੋ ਗਈ, ਪਰ ਇਸਦੇ ਵਿੱਚ ਮੁੱਖ ਜ਼ਿੰਮੇਵਾਰ ਜੋ ਅਸੀਂ ਸਮਝਦੇ ਹਾਂ ਜਿਹੜਾ ਕਿ ਇਸਦੇ ਬੈਕ ਸਟੇਜ ਰਹਿ ਜਾਂਦਾ ਹੈ ਇਸ ਸਾਰੇ ਦੇ ਵਿੱਚ, ਉਹ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਆ, ਜਿਨ੍ਹਾਂ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਠੱਲ ਨਹੀਂ ਪਾਈ। ਸੋ ਉਸ ਰਿਪੋਰਟ ਨੂੰ ਜਿਹੜਾ ਅੱਜ ਅਸੀਂ ਇੱਥੇ ਜਾਰੀ ਕੀਤਾ ਆ, ਔਰ ਇਸ ਰਿਪੋਰਟ ਦੇ ਜਿਹੜੇ ਮੋਟੇ ਤੱਤ ਨੇ ਉਹ ਮੈਂ ਤੁਹਾਨੂੰ ਦੱਸਿਆ, ਇਹ ਤਿੰਨ ਜਿਹੜੇ ਉਹ ਸਾਹਮਣੇ ਆਏ ਆ। ਸੋ ਇਸ ਦੇ ਇਲਾਵਾ ਜਿਹੜਾ ਆ ਉਹ ਅਸੀਂ, ਕਿਉਂਕਿ ਉਹ ਬੰਦਾ ਜਿਹੜਾ ਨਿਰਦੋਸ਼ ਮਾਰਿਆ ਗਿਆ, ਇਸ ਕਰਕੇ ਅਸੀਂ ਖਾਲਸਾ ਪੰਥ ਵੱਲੋਂ ਉਸਦੇ ਪਰਿਵਾਰ ਦੇ ਕੋਲੋਂ ਖਿਮਾ ਜਾਚਨਾ ਵੀ ਮੰਗਦੇ, ਔਰ ਉਹਨਾਂ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਵੀ ਖੜਿਆ, ਔਰ ਅਸੀਂ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ ਇਸ ਨੂੰ ਕਮਿਊਨਲ ਰੰਗ ਦਿੱਤਾ ਜਾ ਰਿਹਾ ਹੈ, ਚਾਹੇ ਉਹ ਸਿੱਖ ਸੰਸਥਾਵਾਂ ਵੱਲੋਂ ਕੁਝ ਜਾਂ ਚਾਹੇ ਹਿੰਦੂ ਸੰਸਥਾਵਾਂ ਵੱਲੋਂ, ਉਸ ਨੂੰ ਬੰਦ ਕਰਨਾ ਚਾਹੀਦਾ ਹੈ। ਜਿਹੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾ ਦਿਖਾਈ ਗਈ ਹੈ, ਉਹਨਾਂ ਉੱਪਰ ਵੀ ਕਾਰਵਾਈ ਦੀ ਮੰਗ ਕਰੋਗੇ? ਬਿਲਕੁਲ, ਜਿਹੜੀ ਬੇਅਦਬੀ ਕੀਤੀ ਹੈ ਉਹ ਮੈਂ ਭਾਈ ਨਰਿੰਦਰ ਸਿੰਘ ਹੋਣਾਂ ਨੂੰ ਕਹਾਂਗਾ, ਸੰਖੇਪ ਦੇ ਵਿੱਚ ਤੁਹਾਨੂੰ ਦੱਸਣਗੇ ਕਿ ਉੱਥੇ ਜਿਹੜੇ ਮੌਜੂਦਾ ਹਾਲਾਤ ਸੀਗੇ ਉਹ ਕੀ ਸੀ, ਔਰ ਉਹਨਾਂ ਦੇ ਉੱਤੇ ਕੀ ਬਣਦੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਸੋ ਭਾਈ ਨਰਿੰਦਰ ਸਿੰਘ ਨੂੰ ਮੈਂ ਬੇਨਤੀ ਕਰਾਂਗਾ ਕਿ ਜ਼ਰੂਰ ਤੁਹਾਨੂੰ ਇੱਕ ਵਾਰੀ ਸੰਖੇਪ ਦੇ ਵਿੱਚ ਦਿੱਤੀ ਗੱਲ ਦੱਸ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀਪਕ ਅਰੁਣਾਚਲ ਪ੍ਰਦੇਸ਼ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ ਸੀ ਅਤੇ ਰਾਤ ਵੇਲੇ ਉਹ ਬੱਸ ਵਿੱਚ ਬੈਠ ਕੇ ਆਪਣੇ ਪਿੰਡ ਲਈ ਰਵਾਨਾ ਹੋ ਗਿਆ ਸੀ। ਰਾਤ ਨੂੰ ਗਲਤੀ ਨਾਲ ਗੁਰਦਾਸਪੁਰ ਦੇ ਨੇੜਲੇ ਇੱਕ ਪਿੰਡ ਵਿੱਚ ਉਤਰ ਗਿਆ, ਜਿੱਥੇ ਉਹ ਹਨੇਰੇ ਵਿੱਚ ਪਾਣੀ ਪੀਣ ਲਈ ਇੱਕ ਧਾਰਮਿਕ ਸਥਾਨ ਵਿੱਚ ਚਲਾ ਗਿਆ। ਇਸ ਦੌਰਾਨ ਉੱਥੇ ਮੌਜੂਦ ਵਿਅਕਤੀਆਂ ਵੱਲੋਂ ਉਸਨੂੰ ਚੋਰ ਸਮਝ ਕੇ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਉਸ ਵੇਲੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਧਾਰਾ 304 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਪਰਿਵਾਰ ਵਾਲਿਆਂ ਨੂੰ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਮਨਜ਼ੂਰ ਨਹੀਂ ਸੀ, ਜਿਨ੍ਹਾਂ ਦੋਸ਼ ਲਗਾਇਆ ਸੀ ਕਿ ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਬਣ ਦੀ ਕਾਰਵਾਈ ਨਹੀਂ ਕੀਤੀ ਗਈ ਹੈ। ਜਿਸ ਤੋਂ ਮਗਰੋਂ ਇਸ ਮਾਮਲੇ ਵਿੱਚ ਪੁਲਿਸ ਨੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ 302 ਦੀ ਧਾਰਾ ਦਾ ਮਾਮਲਾ ਦਰਜ ਕੀਤਾ ਸੀ। ਗੁਰਦਾਸਪੁਰ ਤੋਂ PVC ਨਿਊਜ਼ ਲਈ ਸ਼ਿਵਾ ਨਈਅਰ ਦੀ ਰਿਪੋਰਟ।